ਇੱਕ ਦੁਕਾਨ ਨੂੰ ਭਿਆਨਕ ਅੱਗ ਲੱਗ ਗਈ ਜਿਸ ਕਾਰਨ ਦੁਕਾਨ ਮਾਲਕ ਦਾ ਲੱਖਾਂ ਦਾ ਨੁਕਸਾਨ ਹੋਇਆ। ਇਸ ਦੁਕਾਨ ਦੇ ਵਿੱਚ ਕਾਰ ਅਸੈਸਰੀ ਦਾ ਸਮਾਨ ਸੀ ਪਰ ਅੱਗ ਲੱਗਣ ਦੇ ਕਾਰਨ ਸਾਰਾ ਸਮਾਨ ਸੜ ਕੇ ਸਵਾਹ ਹੋ ਗਿਆ। ਪਹਿਲਾਂ ਅੱਗ ਦੁਕਾਨ ਦੀ ਉੱਪਰਲੀ ਮੰਜ਼ਿਲ ਦੇ ਵਿੱਚ ਲੱਗੀ ਤੇ ਹੌਲੀ ਹੌਲੀ ਅੱਗ ਥੱਲੇ ਵੀ ਆ ਗਈ। ਇਸ ਤੋਂ ਇਲਾਵਾ ਦੁਕਾਨ ਦੇ ਨਾਲ ਲੱਗਦੇ ਇੱਕ ਘਰ ਨੂੰ ਵੀ ਕਾਫੀ ਨੁਕਸਾਨ ਪਹੁੰਚਿਆ। ਘਰ ਦੀਆਂ ਕੰਧਾਂ ਦੇ ਵਿੱਚ ਤਰੇੜਾਂ ਆ ਗਈਆਂ ਜਿਸ ਤੋਂ ਬਾਅਦ 3 ਘੰਟਿਆਂ ਦੀ ਮੁਸ਼ਕਤ ਦੇ ਬਾਅਦ ਅੱਗ ਤੇ ਕਾਬੂ ਪਾਇਆ ਗਿਆ। ਦੱਸਣਾ ਬਣਦਾ ਹੈ ਕਿ ਜਦੋਂ ਅੱਗ ਲੱਗੀ ਦੁਕਾਨ ਦਾ ਮਾਲਕ ਦੁਕਾਨ ਦੇ ਅੰਦਰ ਹੀ ਬੈਠਾ ਸੀ ਪਰ ਬਾਹਰ ਜੋ ਮਿਸਤਰੀ ਕੰਮ ਕਰ ਰਹੇ ਸਨ ਉਹਨਾਂ ਵੱਲੋਂ ਇਹ ਸੂਚਨਾ ਦੁਕਾਨ ਮਾਲਕ ਨੂੰ ਦਿੱਤੀ ਗਈ ਕਿ ਤੁਹਾਡੀ ਉੱਪਰਲੀ ਮੰਜ਼ਿਲ ਦੇ ਵਿੱਚੋਂ ਧੂੰਆਂ ਨਿਕਲ ਰਿਹਾ, ਜਿਸ ਤੋਂ ਬਾਅਦ ਹੌਲੀ ਹੌਲੀ ਅੱਗ ਵੱਧ ਗਈ ਤੇ ਦੇਖਦੀ ਦੇਖਦੇ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ। ਹਾਲਾਂਕਿ ਫਾਇਰ ਬ੍ਰਿਗੇਡ ਨੂੰ ਵੀ ਤੁਰੰਤ ਸੂਚਨਾ ਦਿੱਤੀ ਗਈ ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ਤੇ ਪਹੁੰਚੀਆਂ ਅਤੇ ਅੱਗ ਨੂੰ ਬੁਝਾਉਣ ਦੇ ਵਿੱਚ ਮੁਸ਼ਕਤ ਕੀਤੀ ਗਈ। 3 ਘੰਟਿਆਂ ਦੀ ਮੁਸ਼ਕਤ ਦੇ ਬਾਅਦ ਅੱਗ ਤੇ ਕਾਬੂ ਪਾਇਆ ਗਿਆ। ਧੂਰੀ ਦੇ ਮਲੇਰਕੋਟਲਾ ਰੋਡ ਤੇ ਸਥਿਤ ਇਸ ਦੁਕਾਨ ਦੇ ਵਿੱਚ ਭਿਆਨਕ ਅੱਗ ਲੱਗੀ ਹੈ ਜਿੱਥੇ ਅਸੈਸਰੀ ਤੇ ਇਲੈਕਟ੍ਰੋਨਿਕਸ ਦਾ ਸਮਾਨ ਪਿਆ ਸੀ। ਫਿਲਹਾਲ ਇਸ ਅੱਗ ਲੱਗਣ ਤੋਂ ਬਾਅਦ ਦੁਕਾਨ ਮਾਲਕ ਦਾ ਲੱਖਾਂ ਦਾ ਨੁਕਸਾਨ ਹੋਇਆ ਤੇ ਉਸਨੇ ਸਰਕਾਰ ਤੋਂ ਮਦਦ ਦੀ ਗੁਹਾਰ ਲਗਾਈ ਹੈ। ਮੇਰਾ ਨਾਮ ਮਨਪ੍ਰੀਤ ਸਿੰਘ। ਸ਼ੌਪ ਦਾ ਕੀ ਨਾਮ? MM ਐਂਟਰਪ੍ਰਾਈਜ਼ਸ। ਕਿਵੇਂ ਪਤਾ ਲੱਗਿਆ? ਅਸੀਂ ਨਾ ਨੀਚੇ ਬੈਠੇ ਸੀ, ਕੰਮ ਕਰ ਰਹੇ ਸੀ ਤੇ ਪਿੱਛੇ ਸਾਡੇ ਮੁੰਡੇ ਉਹ ਰੋਟੀ ਵਗੈਰਾ ਜਿਵੇਂ ਹੁਣ ਦੁਪਹਿਰ ਦਾ ਟਾਈਮ ਸੀ ਖਾ ਰਹੇ ਸੀ, ਲੰਚ ਦਾ ਟਾਈਮ ਸੀ ਤੇ ਉੱਪਰ ਬਾਹਰੋਂ ਸਾਨੂੰ ਮਿਸਤਰੀ ਉਹ ਲੱਗੇ ਸੀ, ਉਹ ਕਹਿੰਦੇ ਵੀ ਬਾਹਰ ਧੂੰਆਂ ਐਗਜ਼ਾਸਟ ਫੈਨ 'ਚੋਂ ਜਾਂ ਹੋਰ ਉੱਪਰਲੇ ਸਾਈਡ ਤੋਂ ਧੂੰਆਂ ਆ ਰਿਹਾ ਗਾ, ਸੇਕ ਆ ਰਿਹਾ ਤੇ ਫਿਰ ਇੱਕਦਮ ਜਦੋਂ ਸਾਨੂੰ ਪਤਾ ਲੱਗਿਆ ਤੇ ਫਟਾਫਟ ਦੇਖਿਆ ਅੱਗ ਲੱਗੀ ਹੋਈ ਆ। ਅੱਗ ਜ਼ਿਆਦਾ ਸੀ, ਅੰਦਰ ਜਾਣ ਦੀ ਕੋਸ਼ਿਸ਼ ਕੀਤੀ ਤੇ ਅੱਗ ਤੇ ਕਾਬੂ ਨਾ ਪਾਇਆ। ਇਹਨੇ ਫਾਇਰ ਬ੍ਰਿਗੇਡ ਨੂੰ ਫੋਨ ਕੀਤਾ, ਆਉਂਦੇ ਮਿੰਟੋ ਮਿੰਟ ਅੱਗ ਸਾਰਾ ਜ਼ਿਆਦਾ ਪਲਾਸਟਿਕ ਦਾ ਸਮਾਨ ਹੋਣ ਕਰਕੇ ਵੀ ਕਾਫੀ ਜ਼ਿਆਦਾ ਵੀ ਅੱਗ ਫੜ ਗਈ। ਕਿਹੜੀ ਮੰਜ਼ਿਲ 'ਚ ਲੱਗੀ ਸੀ ਅੱਗ? ਪਹਿਲਾਂ ਉੱਪਰੋਂ ਸਟਾਰਟ ਹੋਈ ਆ, ਉੱਪਰੋਂ ਥੱਲੇ ਆ ਗਈ। ਹੁਣ ਜੀ ਕਿਹੋ ਜਿਹਾ ਸਮਾਨ ਪਿਆ ਸੀ ਉੱਪਰ? ਸਾਰਾ ਕਾਰ ਅਸੈਸਰੀ ਦਾ ਹੀ ਸਮਾਨ ਸੀ, ਕੁਛ ਇਲੈਕਟ੍ਰੋਨਿਕ ਸੀਗਾ, ਪਲਾਸਟਿਕ ਦਾ ਜ਼ਿਆਦਾ ਸਮਾਨ ਹੁੰਦਾ, ਮਟੀਰੀਅਲ ਜ਼ਿਆਦਾ ਪਲਾਸਟਿਕ ਕਰਕੇ ਜ਼ਿਆਦਾ ਅੱਗ ਫੜ ਗਈ। ਕਿੰਨੇ ਕੁ ਵਜੇ ਦੀ ਲੱਗੀ ਹੋਈ ਆ ਅੱਗ? ਤਕਰੀਬਨ 2-2:30 ਦੇ ਵਜੇ ਦਾ ਟਾਈਮ ਹੈ ਜੀ। ਜੇ ਨੁਕਸਾਨ ਦੀ ਗੱਲ ਕਰੀਏ ਤਾਂ ਕਿੰਨਾ ਕੁ ਨੁਕਸਾਨ ਹੋਇਆ ਹੁੰਦਾ? ਤਕਰੀਬਨ ਹੈਗਾ ਸੀ 1.25 ਕਰੋੜ ਦੇ ਵਿੱਚ ਸਟੋਕ ਸੀਗਾ ਵਿੱਚ ਇਹਦੇ, ਅਤੇ ਬਾਕੀ ਹੋਰ ਸਮਾਨ ਆ ਜਿਹੜਾ ਸ਼ੋਰੂਮ ਬਣਾਉਣ ਬਣਾਉਣ ਦਾ ਸਾਰਾ ਅੱਗ ਲੱਗ ਗਈ। ਵੀ ਸਾਡੇ ਨੁਕਸਾਨ ਦੀ ਭਰਪਾਈ ਕੀਤੀ ਜਾਵੇ, ਜਿਵੇਂ ਹੋਰ ਕਿਸਾਨਾਂ ਨਾਲ ਸਰਕਾਰ ਖੜਦੀ ਆ, ਹੋਰਾਂ ਨਾਲ ਵੀ ਸਾਡੇ ਵਪਾਰੀਆਂ ਨਾਲ ਵੀ ਖੜੇ। ਕਾਰਨ ਕੀ ਲੱਗਦਾ ਜੀ ਅੱਗ ਦੀ ਗੱਲ ਕੀ, ਕਿਸ ਕਾਰਨ ਲੱਗ ਸਕਦੀ ਹੈ? ਦੇਖੋ ਵੀ ਜੀ, ਕੋਈ ਪੱਕਾ ਕਾਰਨ ਤਾਂ ਕਲੀਅਰ ਨਹੀਂ ਹੈਗਾ ਗਾ, ਊਂ ਅੰਦਾਜ਼ਾ ਜਿਵੇਂ ਕਹਿਣ ਮੁਤਾਬਕ ਜੇ ਆਪਾਂ ਨੂੰ ਅੰਦਾਜ਼ਾ ਲਾਇਆ ਜਾਂਦਾ ਵੀ ਸ਼ਾਇਦ ਸ਼ੋਰਟ ਸਰਕਟ ਹੀ ਹੋਵੇ, ਕਿ ਉੱਪਰ ਹੋਰ ਕੋਈ ਤਾਂ ਉੱਪਰ ਹੈ ਵੀ ਕੋਈ ਨਹੀਂ ਸੀਗਾ ਜਿੱਥੇ ਅੱਗ ਲੱਗੀ ਆ ਨਾ, ਵੀ ਇਹੀ ਹੋ ਸਕਦਾ ਸਾਰੇ ਥੱਲੇ ਸੀਗੇ ਜਿੱਥੋਂ ਸ਼ੁਰੂ ਹੋਈ ਆ, ਫਿਰ ਉੱਪਰੋਂ ਥੱਲੇ ਆਈ ਆ। ਉੱਪਰਲੇ ਪੋਰਸ਼ਨ ਦੇ ਵਿੱਚ ਸੀਸੀਟੀਵੀ ਕੈਮਰੇ ਦੇ ਇੰਤਜ਼ਾਮ ਹੈਗੇ ਸੀ? ਹਾਂ ਹੈਗੇ ਸੀ। ਕੀ ਨਾਮ ਤੁਹਾਡਾ? ਮੇਰਾ ਨਾਮ ਜੀ ਗੁਰਿੰਦਰ ਸਿੰਘ ਹੈ ਅਤੇ ਮੈਂ ਆਰਮੀ 'ਚ ਸਰਵਿਸ ਕਰਦਾ, ਅਤੇ ਅੱਜ ਦੁਪਹਿਰੇ ਅੱਗ ਲੱਗੀ ਇੱਧਰ ਮੇਰੇ ਨਾਲ ਗੁਆਂਢ 'ਚ, ਇੱਧਰ ਇਹਨਾਂ ਦਾ ਕਾਰਾਂ ਦਾ ਅਸੈਸਰੀ ਦਾ ਕੰਮ ਸੀਗਾ, ਅਤੇ ਮੈਨੂੰ ਦੁਪਹਿਰੇ ਜਿੱਦਾਂ ਹੀ ਪਤਾ ਲੱਗਿਆ ਅਤੇ ਅਸੀਂ ਉੱਪਰ ਆ ਕੇ ਦੇਖਿਆ, ਮੈਂ ਕਾਫੀ ਅੱਗ ਹੈ ਅਤੇ ਆਪਦੇ ਵੱਲੋਂ ਕੋਸ਼ਿਸ਼ ਕੀਤੀ ਥੋੜ੍ਹਾ ਬਹੁਤ ਬੁਝਾ ਲਈਏ, ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਆਈਆਂ, ਪ੍ਰਸ਼ਾਸਨ ਵੀ ਕਾਫੀ ਹੈਲਪ ਕੀਤੀ ਹੈ ਅਤੇ ਅੱਗ ਫਿਲਹਾਲ ਕਾਫੀ ਕੰਟਰੋਲ 'ਚ ਹੋ ਗਿਆ ਅੱਗ ਦਾ। ਪਰ ਮੇਰੀ ਪ੍ਰਸ਼ਾਸਨ ਨੂੰ ਇੱਕੋ ਹੀ ਬੇਨਤੀ ਹੈ ਜੀ ਵੀ ਕਿ ਕਿਰਪਾ ਕਰੋ, ਅਤੇ ਸਾਡਾ ਵੀ ਮੇਰੇ ਘਰ ਦਾ ਬਹੁਤ ਨੁਕਸਾਨ ਹੋਇਆ, ਥੱਲੋਂ ਸਾਰੇ ਲੈਂਟਰ ਪਾੜ ਗਏ ਅਤੇ ਘਰ ਦੀਆਂ ਨੀਚੇ ਕੰਧਾਂ ਪੂਰੀਆਂ, ਤੁਸੀਂ ਇਹ ਵੀਰ ਜੀ ਨੇ ਦੇਖਿਆ ਹੀ ਹੈ ਨੀਚੇ,
ਤੇ ਉਹ ਸਾਰਾ ਪੜ ਗਿਆ। ਮੈਨੂੰ ਆਪਣੇ ਸੀਐਮ ਭਗਵੰਤ ਮਾਨ ਜੀ ਤੋਂ ਇਹੀ ਉਮੀਦ ਹੈ ਵੀ ਥੋੜੀ ਕੋਈ ਹੈਲਪ ਕਰਨ ਸਾਡੀ। ਸਰ ਆਪਣਾ ਨਾਮ ਕਿਆ ਹੈ? ਸਰ ਮੇਰਾ ਨਾਮ ਪੰਕਜ ਰਾਣਾ। ਸਰ ਸਰ ਜੋ ਆਗ ਲੱਗੀ ਹੈ ਬੜੀ ਮਸ਼ਕਤ ਹੋਈ, ਕਿਤਨੇ ਦੇਰ ਲਈ, ਕਿਤਨੀਆਂ ਗੱਡੀਆਂ ਆਈਆਂ? ਸਰ ਯਹਾਂ ਪੇ ਦੋ ਗਾੜੀਆਂ ਜਿਹੜੀਆਂ ਹੈ ਉਹ ਸੰਗਰੂਰ ਤੋਂ ਮੰਗੀਆਂ ਗਈਆਂ, ਇੱਕ ਧੂਰੀ ਦੀ ਜੀ ਅਤੇ ਇੱਕ ਮਲੇਰਕੋਟਲੇ ਤੋਂ ਆਈ। ਇਹਨਾਂ ਗੱਡੀਆਂ ਜਿਹੜੇ ਤੁਰੰਤ ਜਿਹੜਾ ਹੈ ਨਾਲ ਗੱਡੀਆਂ ਪਾਣੀ ਲਾਈ ਜਾਂਦੀਆਂ ਅਤੇ ਨਾਲ ਦੁਬਾਰਾ ਫਿਰ ਭਰ ਕੇ ਆਈ ਜਾਂਦੀਆਂ। ਕਿੰਨੀਆਂ ਗੱਡੀਆਂ ਸੀ? ਚਾਰ ਗੱਡੀਆਂ ਸੀ ਲਗਭਗ, ਹਮਨੇ 12 ਤੋਂ 16 ਗੱਡੀਆਂ ਪਾਣੀ ਦੀਆਂ ਪਾ ਦਿੱਤੀਆਂ ਜੀ। ਜੋ ਆਗ ਲੱਗੀ ਹੈ ਕਿਸ ਚੀਜ਼ ਤੋਂ ਆਗ ਲੱਗੀ ਹੈ, ਕਿੰਨਾ ਦੇਰ ਲੱਗੀ? ਅੱਗ 'ਚ ਕਾਰ ਅਸੈਸਰੀ ਦੀ ਦੁਕਾਨ ਸੀ, ਇਹਨਾਂ ਨੂੰ ਲੱਗੀ ਹੋਈ ਸੀ ਫਸਟ ਫਲੋਰ 'ਤੇ ਸੀ ਜੀ, ਅਤੇ ਫਸਟ ਫਲੋਰ ਵਾਲੀ ਜਿਹੜੀ ਹੈ ਉਹੀ ਅੱਗ ਜਿਹੜੀ ਹੈ ਭਿਆਨਕ। ਕਿੰਨਾ ਟਾਈਮ ਲੱਗ ਗਿਆ ਅੱਗ ਬੁਝਾਉਣ ਨੂੰ? ਲਗਭਗ ਅੱਗ ਬੁਝਾਉਣ ਨੂੰ ਲਗਭਗ 2-2.5 ਘੰਟੇ ਲੱਗੇ ਜੀ। ਹੁਣ ਅੱਗ ਪੂਰੀ ਬੁਝ ਚੁੱਕੀ ਹੈ? ਬਹੁਤ ਪੂਰੀ ਤਰ੍ਹਾਂ ਕੰਟਰੋਲ ਹੈ ਜੀ। ਕਿੰਨਾ ਕੁ ਸਮਾਨ ਚੱਲਿਆ ਤੁਸੀਂ ਉੱਪਰ ਗਏ ਵੀ ਸੀਗੇ? ਉੱਪਰ ਫਸਟ ਫਲੋਰ 'ਤੇ ਤਾਂ ਕਾਫੀ ਜਿਹੜਾ ਉਹਨਾਂ ਨੇ ਗੱਤਾ ਗੁੱਤਾ ਥਾ ਪੜਾ ਹੋਇਆ, ਉਹਦੇ ਵਿੱਚ ਸਮਾਨ ਥਾ, ਉਹ ਸਾਰਾ ਚੱਲ ਗਿਆ ਉੱਪਰ ਫਸਟ ਫਲੋਰ 'ਤੇ ਤਾਂ। ਜਿਹੜੇ ਪਿਛਲੇ ਨੀਚੇ ਵਾਲੇ ਫਲੋਰ ਨੇ ਉਹ ਨੀਚੇ ਵਾਲੇ ਫਲੋਰ ਜਿਹੜੇ ਨੇ ਉਹ ਬਚਾ ਲਿੱਤੇ ਗਏ ਨੇ।